ਹਾਂਜੀ, ਕੰਬੋਜੇ ਰਕੜ ਦੀ ਇੱਕ ਹੋਰ ਨਵੀਂ ਵੀਡੀਓ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ। ਅਤੇ ਪਹਿਲਾਂ ਗੱਲ ਕਰਦੇ ਹਾਂ ਸਿੰਘੇ ਬਾਰੇ। ਹਾਂਜੀ, ਤੁਹਾਨੂੰ ਪਤਾ ਹੀ ਹੋਊਗਾ ਕਿ ਅੱਜ ਤੋਂ ਕੁਝ ਦਿਨ ਪਹਿਲਾਂ ਹੀ ਸਿੰਘੇ ਵੱਲੋਂ ਬਿਨਾਂ ਅਨਾਊਂਸਮੈਂਟ ਕੀਤੇ ਹੀ ਸਪੋਟੀਫਾਈ ਉੱਤੇ ਰਿਚ ਗਾਣਾ ਰਿਲੀਜ਼ ਕੀਤਾ ਗਿਆ ਸੀ। ਇਸ ਤੋਂ ਇਲਾਵਾ ਹੁਣ ਤੁਹਾਨੂੰ ਦੱਸ ਦਈਏ ਕਿ ਅਕਸਰ ਹੀ ਸਿੰਘੇ ਵੱਲੋਂ ਇੰਸਟਾਗ੍ਰਾਮ ਉੱਤੇ ਸਟੋਰੀਆਂ ਸ਼ੇਅਰ ਕਰਕੇ ਆਪਣੇ ਹੇਟਰਾਂ ਨੂੰ ਰਿਪਲਾਈ ਕੀਤੇ ਜਾਂਦੇ ਨੇ, ਅਤੇ ਉੱਦਾਂ ਹੀ ਹੁਣ ਫਿਰ ਸਿੰਘੇ ਵੱਲੋਂ ਆਪਣੇ ਹੇਟਰਾਂ ਨੂੰ ਟਾਰਗੇਟ ਕਰਦੇ ਹੋਏ ਇੰਸਟਾਗ੍ਰਾਮ ਉੱਤੇ ਇੱਕ ਸਟੋਰੀ ਸ਼ੇਅਰ ਕੀਤੀ ਗਈ ਹੈ, ਜਿਸ ਵਿੱਚ ਲਿਖਿਆ ਗਿਆ ਹੈ, ਵੀ ਹੈਵ ਰਾਈਟ ਟੂ ਡੂ ਹਾਰਡ ਵਰਕ, ਹੇਟਰਸ ਹੈਵ ਰਾਈਟ ਟੂ ਡੂ ਬਕਚੋਦੀ ਔਨ ਆਰ ਬੈਕ। ਸਿੰਘੇ ਦੀ ਇਸ ਸਟੋਰੀ ਤੋਂ ਸਾਫ ਪਤਾ ਲੱਗ ਰਿਹਾ ਹੈ ਕਿ ਜਿਹੜੇ ਪਿੱਠ ਪਿੱਛੇ ਬੋਲਦੇ ਨੇ ਉਹਨਾਂ ਨੂੰ ਟਾਰਗੇਟ ਕੀਤਾ ਗਿਆ ਹੈ। ਅੱਗੇ ਗੱਲ ਕਰਦੇ ਹਾਂ ਕਰਨ ਔਜਲਾ ਬਾਰੇ, ਤਾਂ ਤੁਹਾਨੂੰ ਪਤਾ ਹੀ ਹੋਊਗਾ ਕਿ ਅਕਸਰ ਹੀ ਬਾਲੀਵੁੱਡ ਐਕਟਰਸ ਵੱਲੋਂ ਕਰਨ ਔਜਲਾ ਦੇ ਗਾਣਿਆਂ ਉੱਤੇ ਸਟੋਰੀਆਂ ਸ਼ੇਅਰ ਕੀਤੀਆਂ ਜਾਂਦੀਆਂ ਨੇ। ਉਦਾਂ ਹੀ ਸ਼ਰਧਾ ਕਪੂਰ ਵੱਲੋਂ ਪਹਿਲਾਂ ਵੀ ਕਈ ਵਾਰ ਕਰਨ ਔਜਲਾ ਦੇ ਗਾਣੇ ਸ਼ੇਅਰ ਕੀਤੇ ਗਏ ਨੇ, ਪਰ ਇਸ ਵਾਰ ਸ਼ਰਧਾ ਕਪੂਰ ਵੱਲੋਂ ਇੰਸਟਾਗ੍ਰਾਮ ਉੱਤੇ ਇੱਕ ਸਟੋਰੀ ਸ਼ੇਅਰ ਕੀਤੀ ਗਈ ਹੈ, ਜਿਸ ਵਿੱਚ ਸ਼ਰਧਾ ਕਪੂਰ ਖੁਦ ਕਰਨ ਔਜਲੇ ਦਾ ਜੀ ਨਹੀਂ ਲੱਗਦਾ ਗਾਣਾ ਗਾਉਂਦੀ ਹੋਈ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਜਾਨੀ ਬਾਰੇ ਗੱਲ ਕਰੀਏ, ਤਾਂ ਤੁਹਾਨੂੰ ਦੱਸ ਦਈਏ ਕਿ ਜਾਨੀ ਵੱਲੋਂ ਵੀ ਗਾਡੈਮ ਗਾਣੇ ਉੱਤੇ ਇੱਕ ਸਟੋਰੀ ਸ਼ੇਅਰ ਕੀਤੀ ਗਈ ਹੈ। ਬਾਕੀ ਕੋਰ ਵੀ ਬੋਲੀ ਕਰਨ ਔਜਲਾ ਬਾਰੇ, ਤੇ ਨਵੇਂ ਗਾਣੇ ਦੀ ਲਾਈਨ ਹੋਈ ਲੀਕ, ਜਿਸ ਵੀਡੀਓ ਦਾ ਲਿੰਕ ਸਕਰੀਨ ਉੱਤੇ ਦਿੱਤਾ ਹੋਇਆ, ਵੀਡੀਓ ਨੂੰ ਜ਼ਰੂਰ ਜਾ ਕੇ ਦੇਖਿਓ। ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਵਿੱਚ। ਥੈਂਕ ਯੂ।